ਜੀ ਨੂੰ ਪਿਆਰੇ ਵਿਦਿਆਰਥੀਓ, 12th ਕਲਾਸ ਦੀ ਇੰਗਲਿਸ਼ ਦੀ ਬੁੱਕ ਰੇਨਬੋ ਆਫ ਇੰਗਲਿਸ਼ ਉਸਦਾ ਸੈਕਸ਼ਨ ਏ, ਲੈਸਨ ਨੰਬਰ 6 ਔਨ ਸੇਇੰਗ ਪਲੀਜ਼। ਤੇ ਬੱਚਿਓ, ਇਸ ਲੈਸਨ ਦੀ ਰੀਡਿੰਗ ਐਂਡ ਐਕਸਪਲੇਨੇਸ਼ਨ ਨੂੰ ਅੱਗੇ ਤੋਰਦੇ ਹੋਏ ਅਸੀਂ ਇਸ ਦੀ ਤੀਜੀ ਕਿਸ਼ਤ ਇਸ ਵੀਡੀਓ ਵਿੱਚ ਕਰਾਂਗੇ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ ਪੰਜਾਬੀ ਦੇ ਵਿੱਚ, ਉਹ ਨਾਲ ਦੇ ਨਾਲ ਤੁਸੀਂ ਉਹਨਾਂ ਦੇ ਅਰਥ ਪੰਜਾਬੀ 'ਚ ਨੋਟ ਕਰ ਲੈਣੇ ਨੇ ਤੇ ਫਿਰ ਉਹਨਾਂ ਸ਼ਬਦਾਂ ਦੀ ਸਪੈਲਿੰਗ ਤੇ ਅਰਥਾਂ ਨੂੰ ਚੰਗੀ ਤਰ੍ਹਾਂ ਯਾਦ ਕਰਨ ਦਾ ਅਭਿਆਸ ਕਰ ਲੈਣਾ। ਸੋ ਸ਼ੁਰੂ ਕਰੀਏ। ਸੋ ਬੱਚੇ, ਤੀਜੀ ਕਿਸ਼ਤ ਵਿੱਚ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ। ਤੇ ਕਹਿੰਦੇ ਆਈ ਸ਼ੁਡ ਲਾਈਕ ਟੂ, ਜਿਹੜਾ ਲਿਖਾਰੀ ਹੁਣ ਕਹਿ ਰਿਹਾ, ਆਈ ਸ਼ੁਡ ਲਾਈਕ ਟੂ ਫੀਚਰ। ਫੀਚਰ ਦੇ ਵਿੱਚੋਂ ਕੀ ਮਤਲਬ ਹੁੰਦੇ ਨੇ? ਇੱਥੇ ਫੀਚਰ ਦਾ ਮਤਲਬ ਹੁੰਦਾ ਹੈ, ਇੱਥੇ ਮਤਲਬ ਹੈਗਾ ਫੀਚਰ ਦਾ ਕਿ ਕਿਸੇ ਨੂੰ ਸਲਾਹਣਾ, ਮਤਲਬ ਕਿ ਇੱਕ ਸਤਿਕਾਰਿਤ ਹਸਤੀ ਵਜੋਂ ਪੇਸ਼ ਕਰਨਾ ਜਾਂ ਉਹਦੀ ਉਹਨੂੰ ਵਡਿਆ ਕੇ ਪੇਸ਼ ਕਰਨਾ। ਠੀਕ ਹੈ। ਸੋ ਆਈ ਸ਼ੁਡ ਲਾਈਕ ਟੂ ਫੀਚਰ ਇਨ ਦਿਸ ਕਨੈਕਸ਼ਨ, ਇਸ ਸੰਬੰਧ ਵਿੱਚ ਮਾਈ ਫਰੈਂਡ। ਲਿਖਾਰੀ ਕਹਿੰਦਾ ਹੈ ਕਿ ਮੈਂ ਆਪਣੇ ਇੱਕ ਦੋਸਤ ਨੂੰ ਇਸ ਸੰਬੰਧ ਦੇ ਵਿੱਚ ਵਡਿਆ ਕੇ ਪੇਸ਼ ਕਰਨਾ ਚਾਹਾਂਗਾ। ਕੌਣ ਹੈ ਉਹਦਾ ਦੋਸਤ? ਦੀ ਪੋਲਾਈਟ ਕੰਡਕਟਰ, ਉਹ ਸਲੀਕਾਦਾਰ, ਮਤਲਬ ਕਿ ਜਿਹੜਾ ਮਿੱਠ ਬੋਲੜਾ ਸਭਿਅਕ ਇੱਕ ਕੰਡਕਟਰ, ਪੋਲਾਈਟ, ਜਿਹੜਾ ਬੋਲ ਜਿਹਦੀ ਬੋਲਚਾਲ ਬੜੀ ਵਧੀਆ ਸੀ। ਫਿਰ ਕਹਿੰਦਾ ਬਾਏ ਦਿਸ ਡਿਸਕ੍ਰਿਮੀਨੇਟਿੰਗ ਟਾਈਟਲ, ਪਰ ਇਹ ਨਿਖੇੜਨ ਵਾਲਾ ਜਿਹੜਾ ਟਾਈਟਲ ਉਹਦਾ ਮੈਨੂੰ ਦੇ ਰਿਹਾ ਵੀ ਪੋਲਾਈਟ ਕੰਡਕਟਰ, ਇਹ ਮਿੱਠ ਬੋਲੜਾ ਕੰਡਕਟਰ। ਕਹਿੰਦਾ ਵੀ ਇਹ ਨਿਖੇੜ ਕੇ ਜਿਹੜਾ ਮੈਂ ਉਹਨੂੰ ਟਾਈਟਲ ਦੇ ਰਿਹਾ। ਕਹਿੰਦੇ ਆਈ ਡੋ ਨਾਟ ਇੰਟੈਂਡ ਟੂ ਸੁਜੈਸਟ ਅ ਰਿਬਿਊਕ। ਰਿਬਿਊਕ ਮੈਨੇ ਝਾੜ ਚੰਬ ਵੀ ਹੁੰਦੀ ਹੈ ਤੇ ਨੁਕਤਾਚੀਨੀ ਵੀ ਹੁੰਦੀ ਹੈ ਟੂ ਕੰਡਕਟਰ ਜਨਰਲੀ। ਕਹਿੰਦਾ ਉਹਦਾ ਇੱਕ ਨੂੰ ਮੈਂ ਆਪਣੇ ਦੋਸਤ ਨੂੰ ਜਿਹੜਾ ਮੈਂ ਕਹਿ ਰਿਹਾ ਵਡਿਆ ਕੇ ਪੋਲਾਈਟ ਕੰਡਕਟਰ, ਇਹ ਡਿਸਕ੍ਰਿਮੀਨੇਟਿੰਗ ਟਾਈਟਲ ਦੇ ਕੇ, ਇਹ ਨਿਖੇੜਨ ਨਿਖੇੜਦਾ ਹੋਇਆ ਉਹਦਾ ਉਹਨੂੰ ਦੇ ਕੇ, ਆਈ ਡੋ ਨਾਟ ਇੰਟੈਂਡ ਕਿ ਮੇਰਾ ਮੇਰੀ ਮਤਲਬ ਕਿ ਭਾਵਨਾ ਇਹ ਨਹੀਂ ਹੈਗੀ ਕਿ ਟੂ ਸੁਜੈਸਟ ਕਿ ਮੈਂ ਇਹ ਤੋਂ ਤੁਸੀਂ ਇਹ ਨਤੀਜਾ ਕੱਢੋ ਕਿ ਰਿਬਿਊਕ ਟੂ ਕੰਡਕਟਰਸ ਜਨਰਲੀ, ਕਿ ਹੋਰ ਜਿਹੜੇ ਵਾਕਈ ਆਮ ਤੌਰ ਤੇ ਜਿਹੜੇ ਕੰਡਕਟਰ ਨੇ ਉਹਨਾਂ ਦੀ ਮੈਂ ਕੋਈ ਨੁਕਤਾਚੀਨੀ ਕਰ ਰਿਹਾ ਕਿ ਉਹ ਸਾਰੇ ਮਾੜੇ ਨੇ ਤੇ ਮੈਂ ਇੱਕ ਆਪਣੇ ਦੋਸਤ ਨੂੰ ਵਡਿਆ ਕੇ ਪੇਸ਼ ਕਰ ਰਿਹਾ। ਫਿਰ ਬ੍ਰੈਕਟ ਵਿੱਚ ਕਹਿੰਦਾ ਕਹਿੰਦਾ ਔਨ ਦਾ ਕੰਟਰੇਰੀ, ਕਹਿੰਦਾ ਬਲਕਿ ਇਸਦੇ ਉਲਟ, ਆਈ ਐਮ ਡਿਸਪੋਜ਼ਡ ਟੂ ਥਿੰਕ, ਭਾਵ ਮੇਰੀ ਇਹ ਧਾਰਨਾ ਹੈ, ਮੈਂ ਇਹ ਸੋਚਣ ਲਈ ਮਜਬੂਰ ਹਾਂ, ਭਾਵ ਮੈਂ ਇੱਦਾਂ ਸੋਚਦਾ ਇਹਦੇ ਉਲਟ, ਦੈਟ ਦੇਅਰ ਆਰ ਫਿਊ ਕਲਾਸਿਸ ਆਫ ਮੈਨ, ਕਿ ਇੱਦਾਂ ਦੇ ਕੰਮਾਂ ਕਾਰਾਂ ਵਾਲੇ ਜਿਹੜੇ ਕੰਮਾਂ ਦੀ ਕੌਮਾਂ ਬਣੀਆਂ ਹੋਈਆਂ, ਜਿੱਦਾਂ ਕਰ ਲੋਹਾਰ ਨੇ, ਪਲੰਬਰ ਨੇ, ਕੰਡਕਟਰ ਨੇ, ਟੀਚਰ ਨੇ, ਕਈ ਅਸੀਂ ਕੰਮਾਂ ਦੀਆਂ ਕੌਮਾਂ ਬਣਾਈਆਂ ਹੋਈਆਂ। ਕਹਿੰਦੇ ਦੇਅਰ ਆਰ ਫਿਊ ਕਲਾਸਿਸ ਆਫ ਮੈਨ, ਕਹਿੰਦੇ ਇੱਦਾਂ ਦੀਆਂ ਕਿੱਤੇ ਵਾਲੀਆਂ ਬੰਦਿਆਂ ਦੀ ਕੌਮਾਂ ਬੜੀਆਂ ਘੱਟ ਹੋਣਗੀਆਂ, ਹੂ ਕਮ ਥਰੂ ਦੀ ਔਰਡਿਲ, ਜਿਹੜੇ ਕਿ ਔਖੇ ਇਮਤਿਹਾਨ ਚੋਂ ਨਿਕਲ ਕੇ ਬਾਹਰ ਆਉਂਦੇ ਨੇ, ਆਫ ਅ ਵੈਰੀ ਟਰਾਇੰਗ, ਇੱਥੇ ਟਰਾਇੰਗ ਦਾ ਮਤਲਬ ਬੱਚੇ ਚੈਲੇਂਜਿੰਗ, ਚੁਣੌਤੀਪੂਰਨ, ਕਾਲਿੰਗ ਦਾ ਮਤਲਬ ਬੱਚੇ ਹੈਗਾ, ਹੁਣ ਕਾਲ ਦੇ ਕੀ ਮਤਲਬ ਹੁੰਦੇ ਨੇ, ਮੈਂ ਸਾਰੇ ਮਤਲਬ ਵਿੱਚ ਨਹੀਂ ਜਾਵਾਂਗਾ, ਇੱਥੇ ਕਾਲਿੰਗ ਦਾ ਮਤਲਬ ਹੈ ਵੋਕੇਸ਼ਨ, ਉਹ ਕਿੱਤਾ ਜਿਹਦੇ ਲਈ ਤੁਹਾਨੂੰ ਟ੍ਰੇਨਿੰਗ ਮਿਲੀ ਹੈ, ਉਹਦਾ ਮਤਲਬ ਹੀ ਕਾਲਿੰਗ ਹੁੰਦਾ ਹੈ। ਠੀਕ ਹੈ, ਟਰਾਇੰਗ ਕਾਲਿੰਗ ਮੈਨੇ, ਚੈਲੇਂਜਿੰਗ ਕਾਲਿੰਗ, ਬੈਟਰ ਦੈਨ ਬੱਸ ਕੰਡਕਟਰਸ ਡੂ। ਕਹਿੰਦਾ ਮੇਰਾ ਇਹ ਮੰਨਣਾ ਹੈ ਕਿ ਬੱਸ ਕੰਡਕਟਰ ਜਿਹੋ ਜਿਹਾ ਚੁਣੌਤੀਪੂਰਨ ਕੰਮ ਕਰਦੇ ਨੇ ਤੇ ਉਸ ਇਮਤਿਹਾਨ ਚੋਂ ਬਾਹਰ ਨਿਕਲ ਕੇ ਆਉਂਦੇ ਨੇ ਕਿ ਠੀਕ ਠਾਕ ਰਹਿੰਦੇ ਨੇ, ਵੀ ਕਾਮਯਾਬ ਹੋ ਕੇ ਆਉਂਦੇ ਨੇ, ਇੱਦਾਂ ਦੇ ਬੰਦਿਆਂ ਦੀ ਕਲਾਸਾਂ ਕਲਾਸਿਸ ਜਿਹੜੀਆਂ ਨੇ ਕੌਮਾਂ ਨੇ ਬਹੁਤ ਘੱਟ ਨੇ, ਹੋਰ ਕਿੱਤਿਆਂ ਵਿੱਚ ਇੰਨਾ ਵੱਡਾ ਚੈਲੇਂਜ, ਐਸੀ ਵੰਗਾਰਾਂ, ਉਹਨਾਂ ਨੂੰ ਕਿੰਨੇ ਕੰਡਕਟਰਾਂ ਨੂੰ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਨਮੂਨਿਆਂ ਦੇ ਨਾਲ ਉਹਨਾਂ ਨੂੰ ਮਤਲਬ ਕਿ ਵਾਹ ਪੈਂਦਾ ਪੈਸੰਜਰਾਂ ਦੇ ਨਾਲ। ਸੋ ਕਹਿੰਦਾ ਮੈਂ ਤੇ ਮੰਨਦਾ ਕਿ ਕੰਡਕਟਰ ਜਿਹੜੇ ਨੇ ਉਹਨਾਂ ਦਾ ਕੰਮ ਜਿਹੜਾ ਬੜਾ ਔਖਾ ਹੈ ਤੇ ਉਸ ਇਮਤਿਹਾਨ ਵਿੱਚੋਂ ਬੜੇ ਕਾਮਯਾਬ ਹੋ ਕੇ ਬਾਹਰ ਨਿਕਲਦੇ ਨੇ, ਤੇ ਇਸ ਤਰ੍ਹਾਂ ਦੀਆਂ
ਹੋਰ ਕੰਮਾਂ ਵਿੱਚ ਜਿਹੜੇ ਬੰਦੇ ਨੇ ਉਹ ਬੜੇ ਘੱਟ ਨੇ। ਫਿਰ ਕਹਿੰਦਾ ਹੇਅਰ ਐਂਡ ਦੇਅਰ, ਹੇਅਰ ਔਰ ਦੇਅਰ, ਕਦੀ ਕਤਾਈ, ਕਦੀ ਇੱਥੇ ਕਦੀ ਉੱਥੇ, ਯੂ ਵਿਲ ਮੀਟ ਐਨ ਅਨਪਲੈਜੈਂਟ ਸਪੈਸੀਮਨ। ਅਨਪਲੈਜੈਂਟ ਮੈਨੇ ਨਾ ਖੁਸ਼ਗਵਾਰ, ਭੈੜਾ ਬੰਦਾ, ਵੀ ਜਿਹਨੂੰ ਮਿਲ ਕੇ ਤੁਹਾਡਾ ਮੂਡ ਖਰਾਬ ਹੋ ਜਾਏ। ਸਪੈਸੀਮਨ ਮੈਨੇ ਨਮੂਨਾ, ਵੀ ਕੋਈ ਨਾ ਕੋਈ ਇੱਕ ਇਹੋ ਜਿਹਾ ਕੰਡਕਟਰ ਨਮੂਨਾ ਭੈੜਾ ਮਿਲ ਜਾਂਦਾ ਹੈ ਕਦੀ ਕਤਾਈ। ਹੂ ਰਿਗਾਰਡਸ ਦੀ ਪੈਸੰਜਰਸ ਐਜ ਇਜ ਨੈਚੁਰਲ ਐਨੀਮੀਜ਼। ਜੋ ਯਾਤਰੂਆਂ ਨੂੰ, ਸਫ਼ਰ ਕਰਨ ਵਾਲਿਆਂ ਨੂੰ, ਪੈਸੰਜਰ ਨੂੰ ਆਪਣੇ ਜਮਾਂਦਰੂ ਦੁਸ਼ਮਣ ਸਮਝਦਾ ਹੈ। ਤੇ ਕਹਿੰਦੇ ਐਜ ਕ੍ਰੀਚਰਸ ਹੂਜ ਚੀਫ ਪਰਪਜ਼ ਆਨ ਦਾ ਬਸ ਇਜ਼ ਟੂ ਚੀਟ ਹਿਮ। ਕਿ ਉਹਦੇ ਮਨ 'ਚ ਇਹ ਧਾਰਨਾ ਬਣੀ ਹੁੰਦੀ ਹੈ ਕਿ ਜਿਹੜੇ ਪੈਸੰਜਰ, ਜਿਹੜੇ ਕ੍ਰੀਚਰ, ਜਿਹੜੇ ਪ੍ਰਾਣੀ ਜਿਹੜੇ ਹੈਗੇ ਨੇ ਜੀ ਬੱਸ ਉੱਤੇ ਚੜ੍ਹੇ ਨੇ ਨਾ, ਉਹਨਾਂ ਦਾ ਚੀਫ ਪਰਪਜ਼, ਉਹਨਾਂ ਦਾ ਬੱਸ 'ਤੇ ਚੜ੍ਹਨ ਦਾ ਮਕਸਦ ਸਿਰਫ ਉਹਨੂੰ ਕੰਡਕਟਰ ਨੂੰ ਚੂਨਾ ਲਾਉਣਾ ਹੈ, ਕੰਡਕਟਰ ਨੂੰ ਮਤਲਬ ਕਿ ਧੋਖਾ ਦੇਣਾ ਹੈ, ਇਹ ਕੰਡਕਟਰ ਦਾ ਨੁਕਸਾਨ ਕਰਨਾ, ਕੰਡਕਟਰ ਨੂੰ ਧੋਖਾ ਦੇਣਾ, ਚੀਟਿੰਗ ਕਰਨੀ ਉਹਨਾਂ। ਐਂਡ ਹੂ ਕੈਨ ਓਨਲੀ ਬੀ ਕੈਪਟ ਰੀਜ਼ਨੇਬਲੀ ਓਨੈਸਟ। ਅਤੇ ਉਹਨੂੰ ਲੱਗਦਾ ਹੈ ਕਿ ਮੈਂ ਆਪਣੀ ਇਮਾਨਦਾਰੀ ਜਿਹੜੀ ਹੈ ਜਾਇਜ਼ ਢੰਗ ਨਾਲ ਤਾਂ ਹੀ ਇਮਾਨਦਾਰ ਰਹਿ ਸਕਦਾ, ਆਪਣਾ ਹਿਸਾਬ ਕਿਤਾਬ ਚੀਟਿੰਗ ਤੋਂ ਤਾਂ ਹੀ ਬਚਾ ਸਕਦਾ, ਬਾਏ ਅ ਲਾਊਡ ਵਾਇਸ, ਅਤੇ ਜੇ ਮੈਂ ਉੱਚੀ ਉੱਚੀ ਬੋਲਾਂ ਪੈਸੰਜਰਾਂ ਦੇ ਨਾਲ, ਐਂਡ ਐਨ ਐਗਰੈਸਿਵ ਮੈਨਰ, ਅਤੇ ਖਾਊਂ ਵੱਡੂ ਕਰਾਂ, ਵੀ ਪੈਸੰਜਰਾਂ ਨੂੰ ਹਮੇਸ਼ਾ ਖਾਊਂ ਵੱਡੂ ਕਰਾਂ ਅਤੇ ਉੱਚੀ ਉੱਚੀ ਬੋਲਾਂ, ਫਿਰ ਜਿਹੜੇ ਪੈਸੰਜਰ ਨੇ ਇਹ ਟਿਕਾਣੇ 'ਤੇ ਰਹਿੰਦੇ ਨੇ ਤਾਂ ਇਹ ਸਹੂਲਤ ਆਉਂਦੇ ਨੇ, ਨਹੀਂ ਤਾਂ ਕਹਿੰਦੇ ਇਹ ਬੰਦੇ ਬਈ ਇਹ ਬੰਦੇ ਹਮੇਸ਼ਾ ਕੰਡਕਟਰ ਨੂੰ ਚੂਨਾ ਲੈਣਾ ਹੈ। ਉਹ ਕਹਿੰਦਾ ਇੱਦਾਂ ਦੇ ਇੱਕ ਅੱਧੇ ਨਮੂਨੇ ਹੁੰਦੇ ਨੇ, ਕਹਿੰਦੇ ਬਟ ਦਿਸ ਟਾਈਪ ਇਜ਼ ਰੇਅਰ, ਪਰ ਕਹਿੰਦਾ ਇੱਦਾਂ ਦੀ ਕਿਸਮ ਜਿਹੜੀ ਹੈ ਰੇਅਰ ਮੈਨੇ ਬਹੁਤ ਘੱਟ ਹੈ। ਫਿਰ ਅੱਗੇ ਕਹਿੰਦੇ ਰੇਅਰ ਦੈਨ ਇਟ ਯੂਜ਼ ਟੂ ਬੀ, ਅਤੇ ਹੁਣ ਤਾਂ ਹੋਰ ਵੀ ਘੱਟ ਹੈ। ਕਹਿੰਦਾ ਪੁਰਾਣੇ ਜ਼ਮਾਨੇ 'ਚ ਇੱਦਾਂ ਦੇ ਹੁੰਦੇ ਸੀਗੇ, ਅਤੇ ਹੁਣ ਅੱਜ ਕੱਲ੍ਹ ਇੱਦਾਂ ਦੇ ਹੋਰ ਵੀ ਘੱਟ ਨੇ। ਫਿਰ ਉਹ ਕਹਿੰਦਾ ਆਈ ਫੈਂਸੀ, ਇੱਥੇ ਆਈ ਫੈਂਸੀ ਦਾ ਮਤਲਬ ਆਈ ਇਮੇਜਿਨ, ਕਿ ਮੈਂ ਕਲਪਨਾ ਕਰਦਾ, ਦੀ ਪਬਲਿਕ ਓਸ, ਉਹਦਾ ਮਤਲਬ ਹੁੰਦਾ ਬੱਚੋ ਦੇਣਦਾਰ ਹੋਣਾ, ਕਰਜ਼ਦਾਰ ਹੋਣਾ। ਕਹਿੰਦਾ ਦੀ ਪਬਲਿਕ ਓਸ ਮਚ ਟੂ ਦੀ ਅੰਡਰਗਰਾਊਂਡ ਰੇਲਵੇ ਕੰਪਨੀ। ਰੇਲਵੇ ਕੰਪਨੀ ਬੱਚੇ ਹੁਣ ਯੂਕੇ ਦੀ ਯੂਕੇ ਦਾ ਲਿਖਾਰੀ ਹੈਗਾ, ਯੂਨਾਈਟਡ ਕਿੰਗਡਮ ਦਾ, ਅਤੇ ਉੱਥੇ ਜਿਹੜੀ ਕੰਪਨੀ ਹੈ ਉਹਦਾ ਨਾਂ ਰੇਲਵੇ ਕੰਪਨੀ ਹੈ। ਉਹ ਕਹਿੰਦਾ ਮੈਂ ਕਲਪਨਾ ਕਰਦਾ ਕਿ ਜਿਹੜੀ ਪਬਲਿਕ ਹੈਗੀ ਹੈ, ਜਨਤਾ ਹੈਗੀ ਹੈ, ਉਹ ਅੰਡਰਗਰਾਊਂਡ ਰੇਲਵੇ ਕੰਪਨੀ ਜਿਹੜੀ ਹੈਗੀ ਹੈ ਉਹਦੀ ਦੇਣਦਾਰ ਹੈ, ਅਤੇ ਪਬਲਿਕ ਨੂੰ ਉਹਦਾ ਸ਼ੁਕਰ ਮੰਨਣਾ ਚਾਹੀਦਾ ਹੈ, ਉਹਦੀ ਕਰਜ਼ਦਾਰ ਹੈ। ਕਿੱਦਾਂ ਕਹਿੰਦੇ ਵਿੱਚ ਆਲਸੋ ਰਨਸ ਦਾ ਬੱਸਿਸ, ਉਹ ਜਿਹੜੀ ਰੇਲਵੇ ਕੰਪਨੀ ਹੈ ਉਹ ਬੱਸਾਂ ਵੀ ਚਲਾਉਂਦੀ ਹੈ ਅਤੇ ਗੱਡੀਆਂ ਵੀ ਚਲਾਉਂਦੀ ਹੈ। ਅਤੇ ਕਰਜ਼ਦਾਰ ਕਾਹਦੇ ਲਈ ਹੋਣਾ ਚਾਹੀਦਾ, ਫੋਰ ਇਨਸਿਸਟਿੰਗ ਔਨ ਅ ਸਰਟਨ ਸਟੈਂਡਰਡ ਆਫ ਸਿਵਿਲਿਟੀ ਇਨ ਇਟਸ ਸਰਵੈਂਟਸ, ਕਿ ਉਹਨੇ ਆਪਣੀ ਜਿਹੜੀ ਰੇਲਵੇ ਕੰਪਨੀ ਵਿੱਚ ਜਿਹੜਾ ਉਹਦਾ ਸਟਾਫ ਹੈਗਾ, ਜਿਹੜੇ ਉਹਦੇ ਨੌਕਰੀ ਕਰਦੇ ਨੇ, ਉਹਨਾਂ 'ਤੇ ਇਨਸਿਸਟ ਕੀਤਾ, ਜ਼ੋਰ ਪਾਇਆ ਵੀ ਤੁਸੀਂ ਇੱਕ ਖਾਸ ਸਟੈਂਡਰਡ, ਖਾਸ ਪੈਮਾਨੇ ਦੀ ਤਮੀਜ਼ ਜਿਹੜੀ ਹੈ ਕਾਇਮ ਰੱਖਣੀ ਹੈ, ਕਿ ਪਬਲਿਕ ਦੇ ਨਾਲ ਅਵਾ ਤਵਾ ਨਹੀਂ ਬੋਲਣਾ, ਉੱਚਾ ਨਹੀਂ ਬੋਲਣਾ, ਮਿੱਠਾ ਬੋਲਣਾ, ਉਹਨਾਂ ਫਿਰ ਕੰਪਨੀ ਦਾ ਨਾਂ ਬਦਨਾਮ ਹੁੰਦਾ ਹੈ। ਅਤੇ ਕਹਿੰਦੇ ਇਸ ਰੇਲਵੇ ਕੰਪਨੀ ਨੇ ਜਿਹੜਾ ਇਹ ਜ਼ੋਰ ਪਾਇਆ ਹੈ, ਔਰ ਆਪਣੇ ਨੌਕਰੀ ਵਾਲੇ ਬੰਦੇ ਨੇ ਜਿਹੜੇ ਡਰਾਈਵਰ, ਕੰਡਕਟਰ ਜੋ ਵੀ ਨੇ, ਸਾਰੇ ਉਹਨਾਂ ਸਟਾਫ ਨੂੰ ਟ੍ਰੇਨਿੰਗ ਕੀਤੀ ਹੈ ਵੀ ਤੁਸੀਂ ਪਬਲਿਕ ਦੇ ਨਾਲ ਵਿਹਾਰ ਚੰਗਾ ਕਰਨਾ ਹੈ, ਉਹਦੇ ਲਈ ਪਬਲਿਕ ਨੂੰ ਰੇਲਵੇ ਕੰਪਨੀ ਦਾ ਸ਼ੁਕਰ ਮੰਨਣਾ ਚਾਹੀਦਾ ਹੈ। ਪਬਲਿਕ ਰੇਲਵੇ ਕੰਪਨੀ ਦੀ ਉਹ ਕਰਜ਼ਦਾਰ ਹੈਗੀ ਹੈ, ਦੇਣਦਾਰ ਹੈਗੀ ਹੈ। ਅਤੇ ਕਹਿੰਦੇ ਐਂਡ ਟੇਕਿੰਗ ਕੇਅਰ ਦੈਟ ਦੀ ਸਟੈਂਡਰਡ ਇਜ਼ ਅਬਜ਼ਰਵਡ। ਅਤੇ ਫਿਰ ਦੂਜੀ ਗੱਲ ਕਹਿੰਦਾ, ਕਹਿੰਦੇ ਇਕੱਲਾ ਕਿਹਾ ਨਹੀਂ ਹੈਗਾ, ਉਹਨਾਂ ਨੇ ਨਾਲ ਇਸ ਗੱਲ ਨੂੰ ਯਕੀਨੀ ਬਣਾਇਆ, ਟੇਕਿੰਗ ਕੇਅਰ ਮੈਨੇ ਇਸ ਗੱਲ ਦਾ ਖਿਆਲ ਵੀ ਰੱਖਦੇ ਨੇ ਕਿ ਉਹ ਜਿਹੜਾ ਸਟੈਂਡਰਡ ਹੈਗਾ ਉਹ ਮੰਨਿਆ ਜਾਂਦਾ ਹੈ, ਕਿ ਜਿਹੜੇ ਉਹਦੇ ਸਰਵੈਂਟ ਹੈਗੇ ਨੇ, ਜਿਹੜਾ ਸਟਾਫ ਹੈਗਾ ਉਹ ਇਹਦੇ ਬਾਰੇ ਉਹਨੂੰ ਮਤਲਬ ਕਿ ਆਪਣੇ ਅਮਲ ਦੇ ਵਿੱਚ ਲਿਆ ਰਿਹਾ, ਕਿ ਸਾਡੀ ਜਿਹੜੀ ਟ੍ਰੇਨਿੰਗ ਅਸੀਂ ਕਰ ਰਹੇ ਹਾਂ ਵੀ ਤੁਸੀਂ ਪਬਲਿਕ ਦੇ ਨਾਲ ਪੁੱਠਾ ਸਿੱਧਾ ਨਹੀਂ ਬੋਲਣਾ, ਮਿੱਠਾ ਬੋਲਣਾ, ਲਿਆਕਤ ਮਤਲਬ ਕਿ ਸਲੀਕੇ ਦੇ ਨਾਲ ਗੱਲ ਕਰਨੀ ਹੋਈ। ਕਹਿੰਦੇ ਇਨ ਡੂਇੰਗ ਦਿਸ, ਅਤੇ ਇੱਦਾਂ ਕਰਕੇ ਇਟ ਨੋਟ ਓਨਲੀ ਮੇਕਸ ਥਿੰਗਸ ਪਲੈਜੈਂਟ, ਜਿਹੜੀ ਕੰਪਨੀ ਹੈਗੀ ਹੈ ਉਹਦੇ ਨਾਲ ਚੀਜ਼ਾਂ ਨੂੰ
ਕੱਲਾ ਉਹ ਖੁਸ਼ਗਵਾਰ ਨਹੀਂ ਬਣਾਉਂਦੀ, ਸੋਹਣਾ ਨਹੀਂ ਬਣਾਉਂਦੀ, ਸੁਖਾਲਾ ਨਹੀਂ ਬਣਾਉਂਦੀ ਫਾਰ ਦੀ ਟਰੈਵਲਿੰਗ ਪਬਲਿਕ, ਸਫ਼ਰ ਕਰਦੀ ਪਬਲਿਕ ਲਈ, ਬਟ ਪਰਫੋਰਮਸ ਐਨ ਇੰਪੋਰਟੈਂਟ ਸੋਸ਼ਲ ਸਰਵਿਸ। ਪਰ ਇੱਦਾਂ ਕਰਕੇ ਉਹ ਇੱਕ ਬੜੀ ਮਹੱਤਵਪੂਰਨ ਸਮਾਜਿਕ ਸੇਵਾ ਵੀ ਕਰਦੀ ਹੈ। ਫਿਰ ਰੇਲਵੇ ਕੰਪਨੀ ਕੀ ਕਰਦੀ ਹੈ, ਇੱਦਾਂ ਕਰਕੇ ਆਪਣੇ ਸਰਵੈਂਟਸ ਨੂੰ ਕਹਿ ਕੇ ਵੀ ਤੁਸੀਂ ਸਰਟਨ ਸਟੈਂਡਰਡ ਆਫ ਸਿਵਿਲਿਟੀ ਨੂੰ ਮੇਨਟੇਨ ਕਰਕੇ ਰੱਖਣਾ ਹੈ, ਤੁਸੀਂ ਉੱਜੜ ਵਾਂਗੂ ਗੱਲ ਨਹੀਂ ਕਰਨੀ, ਜਾਹਲਾਂ ਵਾਂਗੂ ਗੱਲ ਨਹੀਂ ਕਰਨੀ, ਜੰਗਲੀਆਂ ਵਾਂਗੂ ਗੱਲ ਨਹੀਂ ਕਰਨੀ, ਜਿਹਦਾ ਕੋਈ ਪੜ੍ਹਿਆ ਲਿਖਿਆ ਠਰੰਮੇ ਦੇ ਨਾਲ ਪਬਲਿਕ ਦੇ ਨਾਲ ਗੱਲ ਕਰਨੀ ਹੈ। ਤੇ ਕਹਿੰਦੇ ਇਹਦੇ ਨਾਲ ਸਫ਼ਰ ਦਾ ਜਿਹੜਾ ਤਜਰਬਾ ਹੈਗਾ ਉਹ ਪਬਲਿਕ ਲਈ ਵੀ ਪਲੈਜ਼ੈਂਟ, ਖੁਸ਼ਗਵਾਰ ਬਣ ਜਾਂਦਾ ਹੈ, ਤੇ ਇੱਕ ਇਸੀ ਬਹਾਨੇ ਇੱਕ ਮਹੱਤਵਪੂਰਨ ਸਮਾਜ ਸੇਵਾ ਵੀ ਹੋ ਜਾਂਦੀ ਹੈ। ਕਹਿੰਦੇ ਇਟ ਇਜ਼ ਨਾਟ ਦੇਅਰ ਫੋਰ ਵਿਦ ਐਨੀ ਫੀਲਿੰਗ ਆਫ ਅਨਫਰੈਂਡਲੀਨੈਸ ਟੂ ਕੰਡਕਟਰਸ ਐਟ ਦਾ ਕਲਾਸ ਦੈਟ ਆਈ ਪੇ ਅ ਟ੍ਰਿਬਿਊਟ ਟੂ ਅ ਪਰਟੀਕੁਲਰ ਮੈਂਬਰ ਆਫ ਦੈਟ ਕਲਾਸ। ਕਹਿੰਦਾ ਇਸ ਕਰਕੇ ਇੱਦਾਂ ਨਹੀਂ ਹੈਗਾ ਕਿ ਮੈਂ ਕਿਸੇ ਰੁੱਖੇਪਨ ਦੀ, ਕੋਰੇਪਨ ਦੀ ਭਾਵਨਾ ਦੇ ਨਾਲ ਸਾਰੇ ਕੰਡਕਟਰਾਂ ਦੇ ਪ੍ਰਤੀ ਰੁੱਖਾਪਨ ਦੀ ਭਾਵਨਾ ਦੇ ਨਾਲ ਮੈਂ ਆਪਣੇ ਇੱਕ ਪਰਟੀਕੁਲਰ ਮੈਂਬਰ ਆਫ ਦੈਟ ਕਲਾਸ, ਇੱਕ ਖਾਸ ਕੰਡਕਟਰ ਨੂੰ ਮੈਂ ਸੁਣਾਉਂਦਾ ਪਿਆ। ਪੇ ਅ ਟ੍ਰਿਬਿਊਟ ਹੁੰਦਾ ਬੱਚੋ ਤਾਰੀਫ ਕਰਨੀ, ਸਿਫਤ ਕਰਨੀ। ਕਹਿੰਦੇ ਇਸ ਕਰਕੇ ਉਹਨੇ ਪਹਿਲੇ ਕਹਿ ਦਿੱਤਾ ਸਾਰੀ ਗੱਲ ਵੀ ਸਾਰੇ ਕੰਡਕਟਰ ਬੜੇ ਵਧੀਆ ਨੇ, ਰੇਲਵੇ ਕੰਪਨੀ ਨੇ ਆਪਣੇ ਸਰਵੈਂਟਸ ਨੂੰ ਟ੍ਰੇਨ ਕੀਤਾ ਹੋਇਆ। ਤੇ ਕਹਿੰਦੇ ਇਸ ਕਰਕੇ ਮੈਂ ਆਪਣੇ ਇੱਕ ਦੋਸਤ ਨੂੰ ਪੇ ਟ੍ਰਿਬਿਊਟ ਕਰ ਰਿਹਾ, ਆਪਣੇ ਕੰਡਕਟਰ ਦੋਸਤ ਦੀ ਮੈਂ ਸਿਫਤ ਕਰਨ ਲੱਗਾ। ਤੇ ਇਧਰੋਂ ਦੀ ਇਹ ਅੰਦਾਜ਼ਾ ਨਾ ਲਗਾ ਲਿਆ ਜਾਵੇ ਕਿ ਮੇਰੀ ਦੂਜੀ ਜਿਹੜੇ ਕੰਡਕਟਰਾਂ ਦੀ ਕਲਾਸ, ਪੂਰੀ ਜਮਾਤ ਹੈਗੀ ਹੈ ਕੰਡਕਟਰਾਂ ਦੀ, ਉਹਦੇ ਪ੍ਰਤੀ ਮੇਰੇ ਮਨ ਦੇ ਵਿੱਚ ਕੋਈ ਅਨਫਰੈਂਡਲੀਨੈਸ ਦੀ ਭਾਵਨਾ ਹੈਗੀ ਹੈ, ਵੀ ਉਹਨਾਂ ਦੇ ਪ੍ਰਤੀ ਮੈਂ ਜਿਹੜਾ ਕੋਈ ਮੇਰਾ ਦੋਸਤਾਨਾ ਸੁਭਾਅ ਨਹੀਂ ਹੈਗਾ। ਕਹਿੰਦੇ ਫਿਰ ਉਹ ਦੱਸਦਾ ਆਪਣਾ ਇਹ ਤਜਰਬਾ ਕਿੱਦਾਂ ਹੋਇਆ, ਵੀ ਕਿਉਂ ਮੈਂ ਉਹਨੂੰ ਟ੍ਰਿਬਿਊਟ ਦੇਣਾ ਚਾਹੁੰਦਾ, ਕਿਉਂ ਮੈਂ ਉਹਦੀ ਸਿਫਤ ਕਰ ਰਿਹਾ। ਕਹਿੰਦੇ ਆਈ ਫਸਟ ਬਿਕੇਮ ਕੌਨਸ਼ੀਅਸ ਆਫ ਹਿਸ ਐਗਜ਼ਿਸਟੈਂਸ। ਕਹਿੰਦੇ ਪਹਿਲਾਂ ਮੈਂ ਉਹਦੀ ਹੋਂਦ ਤੋਂ, ਕਿਹੜਾ ਹੋਂਦ, ਉਹ ਜਿਹੜਾ ਪੋਲਾਈਟ ਕੰਡਕਟਰ ਹੈਗਾ, ਕੌਨਸ਼ੀਅਸ ਮੈਨੇ ਸੁਚੇਤ ਹੋਇਆ ਕਿ ਮੈਨੂੰ ਪਤਾ ਲੱਗਿਆ ਵੀ ਇਹੋ ਜਿਹਾ ਪੋਲਾਈਟ ਕੰਡਕਟਰ ਵੀ ਇਸ ਦੁਨੀਆਂ ਵਿੱਚ ਹੈਗਾ। ਆਈ ਫਸਟ ਬਿਕੇਮ ਕੌਨਸ਼ੀਅਸ ਆਫ ਹਿਸ ਐਗਜ਼ਿਸਟੈਂਸ, ਉਹਦੀ ਹੋਂਦ ਤੋਂ ਮੈਂ ਚੇਤਨ ਹੋਇਆ ਵਨ ਡੇ, ਇੱਕ ਦਿਨ, ਵੈਨ ਆਈ ਜੰਪਡ ਔਨ ਟੂ ਅ ਬੱਸ, ਜਦੋਂ ਮੈਂ ਛਾਲ ਮਾਰ ਕੇ ਬੱਸ ਵਿੱਚ ਚੜ੍ਹਿਆ, ਐਂਡ ਫਾਊਂਡ ਦੈਟ, ਤੇ ਮੈਨੂੰ ਪਤਾ ਲੱਗਾ ਆਈ ਹੈਡ ਲੈਫਟ ਹੋਮ ਵਿਦਆਊਟ ਐਨੀ ਮਨੀ ਇਨ ਮਾਈ ਪੋਕਿਟ, ਕਿ ਮੈਂ ਤੇ ਆਪਣੇ ਘਰ ਵਿੱਚੋਂ ਜੇਬ ਵਿੱਚ ਪੈਸੇ ਤੋਂ ਬਿਨਾਂ ਹੀ ਭੱਜ ਆਇਆ, ਭਾਵ ਮੇਰਾ ਬਟੂਆ ਘਰ ਹੀ ਰਹਿ ਗਿਆ ਤੇ ਮੇਰੀ ਜੇਬ ਵਿੱਚ ਪੈਸੇ ਨਹੀਂ ਹੈਗੇ। ਕਹਿੰਦੇ ਐਵਰੀ ਵਨ ਹੈਜ਼ ਹੈਡ ਦੀ ਐਕਸਪੀਰੀਅੰਸ, ਕਹਿੰਦੇ ਹਰ ਕਿਸੇ ਨੂੰ ਇਹੋ ਜਿਹਾ ਕੋਈ ਨਾ ਕੋਈ ਤਜਰਬਾ ਕਦੀ ਹੋਇਆ ਹੋਏਗਾ, ਐਂਡ ਨੋਜ਼, ਤੇ ਉਹ ਜਾਣਦਾ ਹੈ ਦੀ ਫੀਲਿੰਗ, ਕਿ ਉਸਨੇ ਕੀ ਤੁਹਾਡੇ ਮਨ 'ਚ ਭਾਵ ਚੱਲਦੇ ਨੇ, ਤੁਹਾਨੂੰ ਕੀ ਮਹਿਸੂਸ ਹੁੰਦਾ ਹੈ, ਦੀ ਮਿਕਸਡ ਫੀਲਿੰਗ, ਉਹ ਰਲਵੀਂ ਜਿਹੀ ਫੀਲਿੰਗ ਹੁੰਦੀ ਹੈ, ਰਲਵੇਂ ਜਿਹੇ ਭਾਵ ਹੁੰਦੇ ਨੇ, ਵਿੱਚ ਦੀ ਡਿਸਕਵਰੀ ਅਰਾਊਜ਼ਿਸ, ਜਿਹੜੀ ਇਸ ਤਜਰਬੇ ਤੋਂ ਫੀਲਿੰਗ ਜਿਹੜੀ ਹੈ ਅਰਾਊਜ਼ ਹੁੰਦੀ, ਪੈਦਾ ਹੁੰਦੀ, ਨਿਕਲਦੀਆਂ ਨੇ, ਵੀ ਜਿਹੜੇ ਭਾਵ ਜਦੋਂ ਇਹ ਡਿਸਕਵਰੀ ਹੁੰਦੀ ਹੈ, ਭਾਵ ਜਦੋਂ ਇਹ ਖੋਜ ਹੁੰਦੀ ਹੈ ਕਿ ਜੇਬ 'ਚ ਪੈਸੇ ਨਹੀਂ ਹੈਗੇ, ਜਦੋਂ ਇਹ ਪਤਾ ਲੱਗਦਾ ਇਹ ਗੱਲ ਉਗੜ ਕੇ ਆਉਂਦੀ ਹੈ ਕਿ ਬਟੂਆ ਘਰ ਰਹਿ ਗਿਆ, ਪੈਸੇ ਨਹੀਂ ਹੈਗੇ, ਤੇ ਫਿਰ ਜਿਹੜਾ ਉਹਦੇ ਨਤੀਜੇ ਵਜੋਂ ਜੋ ਭਾਵ ਨਿਕਲਦੇ ਨੇ ਰਲਵੇਂ ਭਾਵ, ਉਹ ਸਾਰੇ ਬੰਦੇ ਜਾਣਦੇ ਨੇ, ਕਿਉਂਕਿ ਹਰ ਕਿਸੇ ਦੇ ਨਾਲ ਇੱਦਾਂ ਦਾ ਕੋਈ ਨਾ ਕੋਈ ਤਜਰਬਾ ਹੋਇਆ ਹੁੰਦਾ। ਹੁਣ ਉਹ ਭਾਵ ਕਿਹੜੇ ਨੇ? ਕਹਿੰਦੇ ਯੂ ਆਰ ਅਨੋਇਡ, ਕਹਿੰਦੇ ਤੁਹਾਨੂੰ ਉਸਨੇ ਬੜੀ ਖਿਝ ਚੜੀ ਹੁੰਦੀ ਹੈ, ਬਿਕੋਜ਼ ਯੂ ਲੁੱਕ ਲਾਈਕ ਅ ਫੂਲ ਐਟ ਦੀ ਬੈਸਟ, ਕਿਉਂਕਿ ਜੇ ਤੁਹਾਡੀ ਕੋਈ ਗੱਲ ਮੰਨ ਵੀ ਲਵੇ ਤੇ ਫਿਰ ਵੀ ਤੁਹਾਨੂੰ ਇੱਦਾਂ ਲੱਗਦਾ ਕਿ ਤੁਸੀਂ ਮੂਰਖ ਸੀਗੇ, ਉਹ ਬੰਦਾ ਵੀ ਸੋਚੇਗਾ ਵੀ ਬੜਾ ਮੂਰਖ ਹੈਗਾ, ਸਿਆਣਾ ਬਣਾ ਹੋ ਕੇ ਬੰਦੇ, ਇਹ ਪਤਾ ਬੱਸ ਵਿੱਚ ਆਉਣ ਦੇ ਕਿਰਾਇਆ ਲੈਣਾ ਚਾਹੀਦਾ ਸੀ, ਐਂਡ ਲਾਈਕ ਅ ਨੇਮ, ਕਿ ਬੱਚੋ ਸਾਇਲੈਂਟ ਹੈਗਾ, ਨੇਮ, ਨੇਮ ਦਾ ਮਤਲਬ ਬੇਈਮਾਨ ਐਟ ਦਾ ਵਰਸਟ, ਤੇ ਜੇ ਤੁਹਾਡੀ ਕੋਈ ਗੱਲ ਨਾ ਮੰਨੇ ਤੇ ਉਹ ਕਹਿੰਦੇ ਬੇਈਮਾਨ ਹੈਗਾ, ਚਲਾਕੀ ਖੇਡ ਰਿਹਾ, ਕਿਰਾਇਆ ਨਹੀਂ ਦੇਣਾ ਚਾਹੁੰਦਾ। ਸੋ ਕਹਿੰਦੇ ਰਲਵੀਂ ਫੀਲਿੰਗ ਹੈਗੀ ਵੀ ਤੁਸੀਂ ਮੂਰਖ ਵੀ ਜਾਪਦੇ ਹੋ ਤੇ ਤੁਸੀਂ ਲੋਕੀ ਕਹਿੰਦੇ ਬੇਈਮਾਨ ਵੀ ਹੈਗਾ,
ਕਿਉਂਕਿ ਹੁਣ ਅੰਦਰਲੀ ਗੱਲ ਤੇ ਕਿਸੇ ਨੂੰ ਪਤਾ ਨਹੀਂ ਹੁੰਦੀ ਸੱਚੀ ਗੱਲ ਵੀ ਬੰਦਾ ਸੱਚ ਬੋਲ ਰਿਹਾ ਝੂਠ ਬੋਲ ਰਿਹਾ। ਕਹਿੰਦੇ ਯੂ ਵੁੱਡ ਨਾਟ ਬੀ ਐਟ ਆਲ ਸਰਪ੍ਰਾਈਜ਼ਡ, ਤੇ ਕਹਿੰਦੇ ਤੁਹਾਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਏਗੀ ਇਫ ਦੀ ਕੰਡਕਟਰ ਆਈਡ ਯੂ, ਤੇ ਜੇ ਕੰਡਕਟਰ ਨੇ ਤੁਹਾਡੇ ਵੱਲ ਦੇਖਿਆ ਕਿਤਾ ਕੋਲਡਲੀ, ਕੋਲਡਲੀ ਮੈਨੇ ਬੜੇ ਰੁੱਖੇ ਹੋ ਕੇ ਜਿਹਦੇ 'ਚ ਕੋਈ ਦਇਆ ਨਹੀਂ ਹੈਗੀ, ਕੋਈ ਤਰਸ ਨਹੀਂ ਹੈਗਾ, ਬੜੀ ਮਤਲਬ ਕਿ ਜ਼ਾਲਿਮਾਨਾ ਢੰਗ ਦੇ ਨਾਲ ਤੁਹਾਨੂੰ ਅੱਖਾਂ ਨਾਲ ਦੇਖਿਆ, ਐਜ਼ ਮਚ ਟੂ ਸੇ ਤੇ ਇੱਦਾਂ ਇੱਦਾਂ ਦੇਖਿਆ ਕਿ ਜਿੱਦਾਂ ਕਹਿ ਰਿਹਾ ਹੋਵੇ ਹਾਂ ਮੈਨੂੰ ਪਤਾ ਹੈ ਸਭ, ਆਈ ਨੋ ਦੈਟ ਸਟੇਲ ਸਟੇਲ ਮੈਨੇ ਉਹਦੇ ਵਿੱਚ ਬੇਹੀ ਪੁਰਾਣੀ ਸੜੀ ਗਲੀ ਓਲਡ ਟ੍ਰਿਕ, ਮੈਂ ਇਹ ਸਾਰੀ ਪੁਰਾਣੀ ਜਿੱਦਾਂ ਅੱਖਾਂ ਰਾਹੀਂ ਇੱਦਾਂ ਦੇਖਿਆ ਘੂਰ ਕੇ, ਮਤਲਬ ਕਿ ਜਿਹਦੇ ਵਿੱਚ ਅੱਖਾਂ ਵਿੱਚ ਕੋਈ ਤਰਸ ਨਹੀਂ ਹੈਗਾ, ਬੜਾ ਮਤਲਬ ਕਿ ਬੇਦਰਦੀ ਹੈਗੀ ਹੈ, ਤੇ ਜਿਵੇਂ ਕਹਿ ਰਿਹਾ ਹੋਇਆ ਮੈਂ ਤੇਰੀਆਂ ਸਾਰੀਆਂ ਜਿਹੜੀਆਂ ਪੁਰਾਣੀਆਂ ਸੜੀਆਂ ਗਲੀਆਂ ਚਲਾਕੀਆਂ ਜਿਹੜੀਆਂ ਜਾਣਦਾ, ਨਾਓ ਦੈਨ ਤੇ ਫਿਰ ਇੱਦਾਂ ਔਫ ਯੂ ਗੈਟ, ਚੱਲ ਫਿਰ ਥੱਲੇ ਹੋ ਜਾ, ਇਹ ਜੇ ਪੈਸੇ ਨਹੀਂ ਹੈਗੇ ਔਫ, ਮੈਨੇ ਔਫ ਜਿਲੇ ਬੱਚੇ ਹੋਏ ਕਿੱਥੇ ਵਰਤਿਆ ਜਾਂਦਾ ਜਦੋਂ ਦੋ ਚੀਜ਼ਾਂ ਦਾ ਸੰਬੰਧ ਟੁੱਟਦਾ ਹੋਏ ਦੱਸਣਾ ਹੋਵੇ, ਔਫ ਯੂ ਗੈਟ ਮੈਨੇ ਯੂ ਗੈਟ ਆਫ ਦੀ ਬੱਸ, ਵੀ ਤੂੰ ਹੁਣ ਬੱਸ ਤੋਂ ਥੱਲੇ ਉੱਤਰ ਜਾ, ਔਫ ਯੂ ਗੈਟ। ਐਂਡ ਈਵਨ ਇਫ ਦੀ ਕੰਡਕਟਰ ਇਜ਼ ਅ ਗੁੱਡ ਫੈਲੋ, ਤੇ ਮੰਨ ਲਓ ਕਹਿੰਦੇ ਕੰਡਕਟਰ ਭਲਾ ਮਾਨਸ ਵੀ ਹੈਗਾ, ਉਹ ਇੱਦਾਂ ਰੁੱਖਾ ਹੋ ਕੇ ਨਹੀਂ ਬੋਲਦਾ, ਰੁੱਖਾ ਹੋ ਕੇ ਤੁਹਾਡੇ ਨਹੀਂ ਦੇਖਦਾ, ਉਹ ਚੰਗਾ ਇਨਸਾਨ ਵੀ ਹੋਵੇ, ਐਂਡ ਲੈਟਸ ਯੂ ਡਾਊਨ ਈਜ਼ੀਲੀ, ਤੇ ਉਹ ਤੁਹਾਨੂੰ ਇੱਜ਼ਤ ਦੇ ਨਾਲ ਥੱਲੇ ਉਤਰਨ ਲਈ ਕਹਿੰਦਾ ਵੀ ਭਾਜੀ ਠੀਕ ਹੈ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਹੁਣ ਮੈਂ ਤਾਂ ਕੁਛ ਕਰ ਨਹੀਂ ਸਕਦਾ, ਵੀ ਤੁਸੀਂ ਕਿਰਪਾ ਕਰਕੇ ਅਗਲੇ ਸਟਾਪ ਤੋਂ ਉਤਰ ਜਾਓ ਜਾਂ ਇੱਥੇ ਉਤਰ ਜਾਓ, ਵੀ ਲੈਟਸ ਯੂ ਡਾਊਨ ਈਜ਼ੀਲੀ, ਵੀ ਤੁਹਾਨੂੰ ਬੇਇੱਜ਼ਤੀ ਕਰਕੇ ਨਹੀਂ ਉਤਾਰਦਾ, ਤੁਹਾਨੂੰ ਇੱਜ਼ਤ ਦੇ ਨਾਲ ਥੱਲੇ ਉਤਾਰਦਾ ਹੈ, ਯੂ ਆਰ ਫੇਸਡ ਵਿਦ ਦੀ ਨੈਸੈਸਿਟੀ ਆਫ ਗੋਇੰਗ ਬੈਕ, ਪਰ ਕਹਿੰਦੇ ਫਿਰ ਵੀ ਤੁਹਾਡਾ ਕੰਮ ਤੇ ਪੁੱਠਾ ਪੈ ਜਾਂਦਾ, ਤੁਹਾਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪੈਂਦਾ, ਮਲੀ ਘਰ 'ਚ ਪੈਸੇ ਲੈ ਕੇ ਜਾਣਾ ਪਏਗਾ ਤੁਹਾਨੂੰ, ਐਂਡ ਦੀ ਇਨਕਨਵੀਨੀਅੰਸ ਜਿਹੜੀ ਬੇਰਾਮੀ ਹੁੰਦੀ ਹੈ, ਪਰ ਹੈ ਸ਼ਾਇਦ ਆਫ ਮਿਸਿੰਗ ਯੋਰ ਟ੍ਰੇਨ, ਤੇ ਉਹ ਬੱਸ ਫੜ ਕੇ ਤੁਸੀਂ ਸਟੇਸ਼ਨ ਪਹੁੰਚਣਾ ਸੀਗਾ ਤੇ ਤੁਹਾਡੀ ਟ੍ਰੇਨ ਖੁੰਝਣ ਦਾ ਖਤਰਾ ਹੈਗਾ, ਕਿਉਂ ਟਾਈਮ ਵੇਸਟ ਜਾ ਰਿਹਾ, ਔਰ ਯੋਰ ਇੰਗੇਜਮੈਂਟ, ਤੁਹਾਡਾ ਕੋਈ ਇੰਟਰਵਿਊ ਸੀਗਾ, ਤੁਹਾਡੇ ਨਾਲ ਕੋਈ ਵੱਡੀ ਕੋਈ ਬਿਜ਼ਨਸ ਦੀ ਡੀਲ ਸੀਗੀ, ਕੋਈ ਮੀਟਿੰਗ ਸੀਗੀ, ਉਹ ਇੰਗੇਜਮੈਂਟ ਖੁੰਝ ਸਕਦੀ ਹੈ, ਤੁਹਾਡੀ ਟ੍ਰੇਨ ਖੁੰਝ ਸਕਦੀ ਹੈ, ਬੇਰਾਮੀ ਵੱਖਰੀ ਹੋਈ ਹੈ, ਤੇ ਤੁਹਾਨੂੰ ਬਿਨਾਂ ਗੱਲ ਤੋਂ ਵਾਪਸ ਜਾਣ ਲਈ ਘਰ ਜਾਣ ਲਈ ਮਜਬੂਰ ਹੋਣਾ ਪਏਗਾ। ਕਹਿੰਦੇ ਹੈਵਿੰਗ ਸਰਚਡ ਮਾਈ ਪੋਕਿਟਸ ਇਨ ਵੇਨ ਦਾ ਮੈਨੇ ਹੁੰਦਾ ਬੱਚਿਓ ਮਤਲਬ ਵਿਅਰਥ ਵਿੱਚ, ਫੋਰ ਸਟ੍ਰੇ ਕਾਪਰਸ, ਹੁਣ ਵਜੇ ਧਿਆਨ ਨਾਲ ਦੇਖਿਓ ਕਾਪਰ ਦਾ ਮਤਲਬ ਕੀ ਹੁੰਦਾ, ਕਾਪਰ ਦਾ ਮਤਲਬ ਹੁੰਦਾ ਬੱਚੋ ਇੱਕ ਤੇ ਧਾਤੂ ਤਾਂਬਾ ਜਿਹਨੂੰ ਕਹਿੰਦੇ ਆ, ਪਰ ਬੱਚੋ ਪੁਰਾਣੇ ਜ਼ਮਾਨੇ ਵਿੱਚ ਕਾਪਰ ਦੇ ਸਿੱਕੇ ਹੁੰਦੇ ਸੀਗੇ, ਤਾਂਬੇ ਦੇ ਸਿੱਕੇ ਹੁੰਦੇ ਸੀਗੇ, ਇਸ ਕਰਕੇ ਯੂਕੇ ਵਿੱਚ ਜਾਂ ਹੋਰ ਕਈ ਦੇਸ਼ਾਂ ਦੇ ਵਿੱਚ ਤਾਂਬੇ ਦੇ ਸਿੱਕੇ ਨੂੰ ਵੀ ਕਾਪਰ ਕਿਹਾ ਜਾਂਦਾ ਸੀਗਾ, ਤਾਂ ਹੀ ਲਿਖਿਆ ਕਾਪਰਸ। ਸੋ ਇੱਕ ਕਾਪਰ ਕਿਹਦੇ ਬਰਾਬਰ ਹੁੰਦਾ ਸੀ, ਇੱਕ ਪੈਸੇ ਤੇ, ਜਿੱਦਾਂ 1 ਰੁਪਈਏ ਵਿੱਚ 100 ਪੈਸੇ ਹੁੰਦੇ ਨੇ, ਇਸੀ ਤਰ੍ਹਾਂ 1 ਪਾਉਂਡ ਵਿੱਚ 100 ਕਾਪਰ ਹੁੰਦੇ ਨੇ, ਜਿਹਨੂੰ ਕਹਿੰਦੇ ਪੈਨੀ। ਸੋ ਕਾਪਰ ਦਾ ਦੂਜਾ ਨਾਮ ਹੈਗਾ ਪੈਨੀ, ਪੈਨੀ ਮੈਨੂੰ ਹੁੰਦਾ 1 ਪੈਸਾ ਭਾਵ 1 ਪੈਂਸ, ਪਾਉਂਡ ਦਾ 100ਵਾਂ ਹਿੱਸਾ ਇੱਕ ਕਾਪਰ ਹੈ, ਤੇ ਸਟ੍ਰੇ ਮੈਨੇ ਬੱਚੇ ਹੁੰਦਾ ਹੈ ਲੋਸਟ ਗੁਆਚਿਆ ਹੋਇਆ ਕਹਿ ਲਓ ਜਾਂ ਇੱਕਾ ਦੁੱਕਾ। ਕਹਿੰਦਾ ਇਨ ਵੇਨ, ਕਹਿੰਦੇ ਮੈਂ ਆਪਣੀ ਜੇਬਾਂ ਵਿੱਚ ਇੱਧਰ ਉੱਧਰ ਹੱਥ ਮਾਰੇ ਲੱਭਿਆ ਕਿ ਕਿਤੇ ਕੋਈ ਇੱਕਾ ਦੁੱਕਾ ਕਾਪਰ ਮਿਲ ਜਾਏ, ਇੱਕੇ ਦੁੱਕੇ ਕੋਈ ਪੈਨੀਆਂ ਇੱਧਰ ਉੱਧਰ ਮਿਲ ਜਾਣ ਤੇ ਮੈਂ ਜੋੜ ਕੇ ਕਵਾਂ। ਤੇ ਕਈ ਵਾਰ ਹੁੰਦਾ ਨਾ ਜੇਬ 'ਚ ਪੈਸੇ ਰਹਿ ਗਏ ਹੁੰਦੇ ਨੇ, ਘਰੋਂ ਤੇ ਭੁੱਲ ਗਏ ਚੱਕਣੇ, ਪਰ ਕਈ ਵਾਰ ਪੈਸਾ ਬੰਦਾ ਜੇਬ 'ਚ ਹੱਥੋਂ ਤੋਂ ਮਾਰਦਾ, ਪਜਾਮੇ 'ਚ ਕੁੜਤੇ 'ਚ ਇੱਧਰ ਮਾਰਦਾ ਤੇ ਕੋਈ ਨਾ ਕੋਈ ਨਿਕਲ ਆਉਂਦਾ। ਕਹਿੰਦੇ ਆਈ ਸਰਚ ਮਾਈ ਪੋਕਿਟਸ ਇਨ ਵੇਨ, ਮੈਂ ਵਿਅਰਥ ਵਿੱਚ ਹੀ ਆਪਣੇ ਜਿਹੜੇ ਸਟ੍ਰੇ ਕਾਪਰਸ ਵੀ ਇੱਕੇ ਦੁੱਕੇ ਕੋਈ ਗੁਆਚੇ ਹੋਏ ਜਿਹੜੇ ਪੈਨੀਆਂ ਪਈਆਂ ਹੋਣ ਤੇ ਮੈਂ ਲੱਭਾਂ। ਐਂਡ ਹੈਵਿੰਗ ਫਾਊਂਡ ਆਈ ਵਾਜ਼ ਅਟਰਲੀ ਪੈਨੀਲੈਸ, ਤੇ ਜਦੋਂ ਮੈਨੂੰ ਪਤਾ ਲੱਗਿਆ ਹੈਵਿੰਗ ਫਾਊਂਡ ਅਟਰਲੀ ਮੈਨੇ ਪੂਰੀ ਤਰ੍ਹਾਂ ਪੈਨੀਲੈਸ, ਮੈਨੇ ਵੀ 1 ਨਵਾਂ ਪੈਸਾ ਵੀ ਨਹੀਂ ਸੀਗਾ। ਆਈ ਟੋਲਡ ਦੀ ਕੰਡਕਟਰ ਵਿਦ ਐਜ ਓਨੈਸਟ ਅ ਫੇਸ ਐਜ ਆਈ ਕੁਡ ਅਸਿਊਮ, ਕਹਿੰਦੇ ਮੈਂ ਕੰਡਕਟਰ ਨੂੰ ਜਿੰਨਾ ਵੀ ਮੈਂ ਆਪਣੇ ਚਿਹਰੇ ਦੇ ਉੱਤੇ ਇਮਾਨਦਾਰੀ ਦਾ ਭਾਵ ਲਿਆ ਸਕਦਾ ਸੀਗਾ, ਉਨੇ ਭਾਵ ਦੇ ਨਾਲ ਮੈਂ ਕੰਡਕਟਰ ਨੂੰ ਕਿਹਾ
दैट आई कुडंट पे दी फेयर। फेयर मैंने कराया कि भाई मैं किराया नहीं दे सकता एंड मस्ट गो बैक फॉर मनी, ते मैनू हुण किराए लई उतरना पैना ते मैनू घर वापस जाना पैना। ते कंडक्टर ने की किया इन्ना चंगा जी, कहिंदा ओ अच्छा, वो कहिंदा ओ यू नीड नॉट गेट ऑफ, तैनू थल्ले उतरन दी लोड़ नहीं, दैट्स ऑल राइट, ठीक है चलदा, सेड ही उन्हें इदां कहा कंडक्टर ने। फिर अगे की किया, कहना ऑल राइट सेड आई, मैं कहा ठीक है मैं इदां कहा, बट आई हैवंट अ कॉपर ऑन मी, पर मेरे कोल ते एक पेनी भी नहीं हैगी, एक पाउंड दा एक सौवां हिस्सा भी नहीं हैगा। फिर वो कहना ओ आई विल बुक यू थ्रू, कहना कोई गल नहीं मैं तेनू जिथे तक जाना है बुक कर दांगा, भाव तेनू टिकट दे दांगा जिथे तक जाना है थ्रू। ही रिप्लाइड, उन्हें जवाब दिता वेयर डू यू, ए डी ए पोस्ट ऑफ वाई का मतलब है वेयर डू यू, एदा मतलब है डू यू, वेयर डू यू वॉन्ट टू गो, तू कितने जाना चाहना है। एंड ही हैंडेड मी अ टिकट, ते उन्हें मैंने एक टिकट दिती फॉर एनी वेयर, जिथे मर्जी जा, फ्रॉम दी बैंक टू होंगकोंग। हूँ तुम कहो भाजी मैं तो यूके की गल कर रहा सर जी, भी यूके की गल कर रहा, पाउंड की गल कर रहा, होंगकोंग कितों आ गया। बच्चों मैं तुम्हें दसना चाहना कि यह होंगकोंग एक टाइम च यूके का ही हिस्सा सी, हूँ चाइना के कोल है। मैंने याद है मैं वर्ल्ड वाइड शिपिंग में काम करता सी, जिले वो होंगकोंग की कंपनी सी, तो उदो ब्रिटिश फ्लैग चलता से सारा, और ब्रिटिश के अंडर से, साड़ी तनख्वाह भी उधरों मेरे ब्रिटिश सिस्टम च पाउंड भी चलती होंगी सी। तो यह जरा 1997 के 1997 जरा वो सिवा ए ब्रिटिश ने, ब्रिटेन ने होंगकोंग चाइना नू हैंडओवर किया 1 जुलाई 1997 नू, होंगकोंग जरा सी वापस चाइना नू दिता गया। सो 150 साल तो वह भी वाद है जरा होंगकोंग सी ब्रिटिश के अंडर से, जिमें अंग्रेजा ने इंडिया से राज किया इसी तरह यह होंगकोंग भी ब्रिटिश के अंडर सी। सो जदों का लेख लिखा गया है वो उदों का गल है, कहता भी वो जरा ऑथर है वो होंगकोंग रह रहे होने उस वेल्ले, तो होंगकोंग ब्रिटेन के अंडर से उही करंसी चलती सी उत्थे। सो कहते उन्हें टिकट दी फ्रॉम दी बैंक, बैंक तो जितों चढ़िया होना है टू होंगकोंग, जिथे भी जाना है अगे होंगकोंग तक, मतलब जिथे भी टिकट उन्हें देनी सी, मतलब धुर दी दे धुर तो लैके धुर तक की टिकट देती, फिर तू जिथे मर्जी उतर दे। आई सैड इट वॉज वेरी काइंड ऑफ हिम, मैं कह यार तू तो बड़ा दयालु है, तेरे वास्ते तू तो बड़ा दया का काम किया, बड़ा चंगा काम किया। एंड टोल्ड हिम, मैंने कहा वेयर आई वॉन्टिड टू गो, भी मैंने दसा मैं कितने जाना चाहता सी। एंड एज ही गेव मी द टिकट, जिदा उन्हें मैंने टिकट दी, आई सैड, मैं उन्होंने कहा बट वेयर शैल आई सेंड द फेयर, कि मैं तेनों तेरा किराया जरा किराया तू मैनू टिकट दी है फ्री में, मैं किराया कितने भेजा। तो बंदा बड़ा चंगा सी, कहना ओ यू विल सी मी सम डे ऑल राइट, कहना तू वो परवाह ना कर, एड्रैस वाला लैन की लड़ नहीं, तू मैनू कदी ना कदी कि ना कि साडा टाकरा हो जाएगा, तू उदो दे दी। ही सैड चेयरफुली, उन्हें हंस के मुस्कुरा के चेयरफुली, मैंने बड़ी हंसू हंसू करते उन्हें यह गल कही। एज ही टर्न टू गो, जिदा वो दूजे पैसेंजर टिकट देने लिए मुड़िया। एंड दैन फिर की होया, लकीली किस्मत दे नाल माई फिंगर्स, मेरिया उंगलां स्टिल वांडरिंग इन दी कॉर्नर ऑफ माई पॉकेट्स, जड़ियां हाले भी मेरे बोझे मेरे खीसे दे खूंजियां विच फिरदियां पईयां सीगियां। लाइटेड ऑन अ शिलिंग, हुण देखो बच्चे लाइट शब्द कहड़ा है, लाइट दे बड़े सारे अर्थ ने डिक्शनरी विच, देखो इत्थे लाइट दा मतलब सैटल्ड, रुक गईयां, वांडरिंग मैंने फिरदियां हुईयां लभदियां हुईयां, जड़ियां कित्थे लभदियां पईयां सी, कित्थे फिरदियां पईयां सीगियां, बोझे दे खीसे दे खूंजे विच फिरदियां पईयां सी। लाइटेड ऑन अ शिलिंग, लाइटेड मैने रुक गईयां, ऑन कहदे ते शिलिंग, हुण शिलिंग बच्चे एक होर सिक्का हुंदा है,
20 ਪੈਨੀਆਂ ਦਾ ਇੱਕ ਸਿੱਕਾ ਹੁੰਦਾ ਸ਼ਿਲਿੰਗ, ਮਤਲਬ ਕਿ 1 ਪਾਉਂਡ ਦਾ 20ਵਾਂ ਹਿੱਸਾ, ਜਿੱਦਾਂ 1 ਪੈਸੇ ਦਾ ਸਿੱਕਾ ਹੋ ਗਿਆ ਤੇ 20 ਪੈਸੇ ਦਾ ਸਿੱਕਾ ਹੋ ਗਿਆ। ਸੋ ਜਿਹੜਾ ਕਾਪਰ ਸੀਗਾ 1 ਪੈਸੇ ਦਾ ਸਿੱਕਾ ਤੇ ਸ਼ਿਲਿੰਗ ਹੋ ਗਿਆ ਬੱਚੋ 20 ਪੈਸੇ ਦਾ ਸਿੱਕਾ, ਭਾਵ 1 ਪਾਉਂਡ ਦਾ 20ਵਾਂ ਹਿੱਸਾ ਉਹਨੂੰ ਮਿਲ ਗਿਆ। ਕਹਿੰਦੇ ਲਾਈਟਿਡ ਔਨ ਅ ਸ਼ਿਲਿੰਗ, ਉਹ ਜਿਹੜੀਆਂ ਫਿਰਦੀਆਂ ਫਿਰਦੀਆਂ ਉਂਗਲੀਆਂ ਜਿਹੜੀਆਂ ਸੀਗੀਆਂ ਉਹ ਇੱਕ ਸ਼ਿਲਿੰਗ ਤੇ ਆ ਕੇ ਲਾਈਟਿਡ ਔਨ ਉਹਨੇ ਟਿਕ ਗਈਆਂ, ਐਂਡ ਦੀ ਅਕਾਊਂਟ ਵਾਸ ਕਲੀਅਰਡ ਤੇ ਹਿਸਾਬ ਕਿਤਾਬ ਬਰਾਬਰ ਹੋ ਗਿਆ, ਭਾਵ ਉਹ ਸ਼ਿਲਿੰਗ ਦੇ ਵਿੱਚ ਮੇਰੀ ਜਿਹੜੀ ਟਿਕਟ ਸੀ ਉਹਦਾ ਕਿਰਾਇਆ ਨਿਕਲ ਗਿਆ। ਬਟ ਦੈਟ ਫੈਕਟ, ਪਰ ਕਹਿੰਦੇ ਇਸ ਗੱਲ ਨੇ ਕਿ ਮੈਨੂੰ ਸ਼ਿਲਿੰਗ ਮਿਲ ਗਈ ਤੇ ਉਹ ਮੈਨੂੰ ਉਹਦਾ ਅਹਿਸਾਨ ਨਹੀਂ ਲੈਣਾ ਪਿਆ, ਮਤਲਬ ਕਿ ਮੈਂ ਉਹਨੂੰ ਟਿਕਟ ਦੇ ਪੈਸੇ ਦੇ ਦਿੱਤੇ। ਦੈਟ ਫੈਕਟ ਡਿਡ ਨਾਟ ਲੈਸਨ ਦੀ ਗਲੋ ਆਫ ਪਲੇਜਰ, ਇਸ ਗੱਲ ਨੇ ਖੁਸ਼ੀ ਦੀ ਚਮਕ ਨੂੰ ਘਟਾਇਆ ਨਹੀਂ। ਵਿਚ ਸੋ ਗੁੱਡ ਨੇਚਰਡ ਐਂਡ ਐਕਸ਼ਨ ਹੈਡ ਗਿਵਨ ਮੀ, ਕਹਿੰਦੇ ਉਹ ਖੁਸ਼ੀ ਦੀ ਚਮਕ ਕਿੱਥੋਂ ਆਈ ਸੀਗੀ, ਵੀ ਚੰਗੇ ਸੁਭਾਅ ਵਾਲਾ ਜਿਹੜਾ ਕਰਮ ਸੀਗਾ ਜਿਹੜਾ ਮੇਰਾ ਨਾਲ ਵਾਹ ਪਿਆ, ਉਹ ਕੰਡਕਟਰ ਦੇ ਚੰਗਾ ਸੁਭਾਅ ਦਾ ਜਿਹੜਾ ਉਹਦਾ ਵਰਤਾਰਾ ਸੀਗਾ, ਉਹਨੇ ਜੋ ਮੈਨੂੰ ਖੁਸ਼ੀ ਦੀ ਚਮਕ ਦਿੱਤੀ ਸੀਗੀ ਉਹ ਮੇਰੀ ਸ਼ਿਲਿੰਗ ਜਿਹੜੀ ਮੈਨੂੰ ਲੱਭ ਗਈ, ਸਿੱਕਾ ਲੱਭ ਗਿਆ ਤੇ ਹਿਸਾਬ ਕਿਤਾਬ ਬਰਾਬਰ ਹੋ ਗਿਆ, ਉਹਨੇ ਉਸ ਖੁਸ਼ੀ ਨੂੰ ਘਟਾਇਆ ਨਹੀਂ। ਭਾਵ ਦੇਖੋ ਭਾਜੀ, ਇਹ ਦੇਖੋ ਬੇਟੇ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨਾਲ ਮਿੱਠਾ ਬੋਲਦੇ ਹਾਂ, ਚੰਗਾ ਸੁਭਾਅ ਚੰਗੇ ਸੁਭਾਅ ਦੇ ਨਾਲ ਪੇਸ਼ ਆਉਂਦੇ ਹਾਂ, ਤੇ ਖੁਸ਼ੀ ਵੀ ਕਿੰਨੀ ਜਲਦੀ ਫੈਲਦੀ ਹੈ। ਜਿਵੇਂ ਬੁਰਾਈ ਫੈਲਦੀ ਹੈ, ਬੁਰਾਈ ਨਾਲੋਂ ਖੁਸ਼ੀ ਚੰਗਿਆਈ ਜ਼ਿਆਦਾ ਫੈਲਦੀ ਹੈ। ਸੋ ਬੱਚਿਓ, ਅਸੀਂ ਜਿੰਨੀ ਚੰਗਿਆਈ ਵੰਡਾਂਗੇ ਉਨੀ ਚੰਗਿਆਈ ਮੋੜਵੇਂ ਰੂਪ 'ਚ ਸਾਡੀ ਝੋਲੀ ਵਿੱਚ ਵੀ ਪਏਗੀ। ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ, ਕਹਿੰਦੇ ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੇ ਭਾਈ, ਕਿਸੇ ਪਰਾਏ ਦਾ ਭੈੜਾ ਬੁਰਾ ਮਾੜਾ ਆਪਣੇ ਮਨ ਵਿੱਚ ਨਾ ਚਿਤਵੋ, ਜੇ ਤੁਸੀਂ ਇੱਦਾਂ ਕਰੋਗੇ ਤੇ ਤੁਹਾਨੂੰ ਕੋਈ ਦੁੱਖ ਨਹੀਂ ਵਿਆਪੇਗਾ। ਸੋ ਜਿੰਨਾ ਚੰਗਾ ਕਰੋਗੇ ਤੁਹਾਡਾ ਚੰਗਾ ਕਈ ਗੁਣਾ ਜ਼ਿਆਦਾ ਹੋ ਕੇ ਹੋਵੇਗਾ। ਵਾਹਿਗੁਰੂ ਦਾ ਇਹੀ ਬਣਾਇਆ ਹੋਇਆ ਇਸ ਬ੍ਰਹਿਮੰਡ ਦੇ ਵਿੱਚ ਅਸੂਲ ਹੈਗਾ। ਸੋ ਠੀਕ ਹੈ। ਸੋ ਬੱਚਿਓ, ਇਹ ਸਾਡਾ ਤੀਜੀ ਕਿਸ਼ਤ ਜਿਹੜੀ ਹੈ ਇਸ ਵੀਡੀਓ ਨਾਲ ਪੂਰੀ ਹੋ ਗਈ ਹੈ, ਤੇ ਮੇਰੇ ਖਿਆਲ ਅਗਲੀਆਂ 1 ਜਾਂ 2 ਕਿਸ਼ਤਾਂ ਦੇ ਵਿੱਚ ਸਾਡਾ ਜਿਹੜਾ ਹੈ ਇਹ ਲੈਸਨ ਦੀ ਰੀਡਿੰਗ ਐਂਡ ਟ੍ਰਾਂਸਲੇਸ਼ਨ ਪੂਰੀ ਹੋ ਜਾਏਗੀ, ਤੇ ਫਿਰ ਅਸੀਂ ਇਹਦੇ ਕੁਸ਼ਚਨ ਆਨਸਰਸ, ਵੋਕੈਬਲਰੀ ਤੇ ਗ੍ਰੈਮਰ ਵਾਲੇ ਪਾਸੇ ਤੁਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਤੇ ਇਸੀ ਚੈਨਲ ਤੇ 11th 12th ਗ੍ਰੈਮਰ ਨਾਮ ਦੀ ਵੀ ਇੱਕ ਪਲੇਲਿਸਟ ਹੈਗੀ ਹੈ, ਜੇ ਤੁਹਾਡੀ ਗ੍ਰੈਮਰ ਦੀ ਕਿਤਾਬ ਹੈ ਉਹਦੀਆਂ ਸਾਰੀ ਐਕਸਰਸਾਈਜ਼ ਤਕਰੀਬਨ ਸਾਰੀਆਂ ਹੱਲ ਕਰਕੇ ਪਾ ਦਿੱਤੀਆਂ ਹੋਈਆਂ। ਸੋ ਅਗਲੇ ਵੀਡੀਓ ਤੱਕ ਲਈ ਬਹੁਤ ਬਹੁਤ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।